ਸੀ ਰਮਨਦੀਪ ਤੂੰ ਕੱਲੀ ਪੰਜਾਬ ਚ ਤੁਰੀਆਂ ਤੂੰ ਨਸ਼ਾ ਖਤਮ ਕਰ ਲੇਗੀ ਮੈਂ ਧੰਨਵਾਦੀ ਆ ਤੁਹਾਡੀ ਤੁਸੀਂ ਕਾਫਲੇ ਤੌਰ ਤੇ ਅੱਜ ਮੈਂ ਉਸ ਰੱਬ ਨੂੰ ਕਹਿਣੀ ਮੈਨੂੰ ਛਿਕਵਾ ਨਹੀਂ ਭਲਾ ਮੈਨੂੰ ਅੱਜੇ ਲੈ ਜਾ ਮੇਰਾ ਸੁਪਨਾ ਸਾਕਾਰ ਕਰਤਾ ਮੇਰੇ ਪੰਜਾਬ ਦੇ ਲੋਕ ਜਾਗ ਪਏ ਨੇ ਓਏ 6 ਫੁੱਟ 2 ਇੰਚ ਦਾ ਮੇਰਾ ਭਰ ਜਵਾਨ ਇਤਨਾ ਸਾਲਾਂ ਦਾ ਖਾ ਲਿਆ ਇਹ ਨਸ਼ੇ ਦੇ ਦੈਤ ਨੇ ਉਹ ਮੇਰਾ 9 ਮਹੀਨਿਆਂ ਦਾ ਪੁੱਤ ਅੱਜ ਉਹਦਾ ਜਨਮ ਦਿਨ ਆ ਤੇ ਮੈਨੂੰ ਕਹਿੰਦਾ ਮਾਂ ਮੈਨੂੰ ਅੱਜ ਦਾ ਪਾਪੇ ਦੀ ਫੋਟੋ ਦੇ ਦੇ ਮੈਂ ਉਹਦਾ ਆਸ਼ੀਰਵਾਦ ਲੈ ਕੇ ਤੁਰ ਜਾ ਕੀ ਉਹ ਪੁੱਤ ਨੂੰ ਮੈਂ ਦੱਸਾਂ ਕਿ ਤੇਰਾ ਪਿਓ ਕਿਹੜੇ ਰਾਹ ਤੁਰਿਆ ਮੈਂ ਕਿਹਾ ਕਿਤੇ ਮੇਰੇ ਬੈਠੀ ਤੋਂ ਸਪੀਕਰ ਸਾਹਿਬ ਇਹ ਗੱਲ ਨਾ ਬੋਲਦੇ ਹੋ ਕਿ ਪੰਜਾਬ ਦੇ ਵਿੱਚ 6ਵਾਂ ਦਰਿਆ ਨਸ਼ਿਆਂ ਦਾ ਮੈਂ ਕਿਹਾ ਇਹ ਦਰਿਆ ਦਰਿਊ ਨਹੀਂ ਰਹਿ ਗਿਆ ਇਹ ਤਾਂ ਬਹੁਤ ਵੱਡੇ ਸਮੁੰਦਰ ਨੇ ਤੇ ਬਹੁਤ ਵੱਡੇ ਲੀਡਰ ਵੀ ਤੇ ਨਸ਼ਾ ਤਸਕਰ ਵੀ ਇਹਦੇ ਵਿੱਚ ਬਹੁਤ ਵੱਡੇ ਅਸਕਰ ਬੈਠੇ ਨੇ ਜਿਨੇ ਮੇਰੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ। ਦੂਰ ਨੇੜੇ ਤੇ ਚੱਲ ਕੇ ਆਇਓ ਆਉ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਤਾ ਪ੍ਰੀਤਮ ਦੀ ਇੱਕ ਕਵਿਤਾ ਲਿਖੀ ਹੋਈ ਸੀ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਕੋਈ ਪੜ ਕਿਤਾਬੇ ਇਸ਼ਕ ਦਾ ਅਗਲਾ ਵਰਕਾ ਫੋਲ ਇੱਕ ਰੋਈ ਧੀ ਪੰਜਾਬ ਦੀ ਇੱਕ ਰੋਈ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਉਹ ਵਾਰਿਸ ਸ਼ਾਹ ਤਾਈਂ ਕਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਉਹ ਵਾਰਿਸ ਸ਼ਾਹ ਤਾਈਂ ਕਹਿਣ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਵੀਰ ਜੀ ਪਰਵਿੰਦਰ ਝੋਟੇ ਦੀ ਜਿਹਨੇ ਉਸ ਵਾਰਿਸ ਸ਼ਾਹ ਦੀ ਰਾਬਤਾ ਦੇ ਉੱਤੇ ਤੁਰਨਾ ਸਿੱਖਿਆ। ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦੇ ਜਿਹੜੇ ਲੜ ਜਾ ਗਏ ਜਿਨ੍ਹਾਂ ਨੇ ਜਾ ਕੇ ਉਹਨਾਂ ਲੋਕਾਂ ਨੂੰ ਫੜਿਆ ਜਿਹੜੇ ਲੋਕਾਂ ਨੇ ਮੇਰੇ ਪੰਜਾਬ ਦੀ ਜਵਾਨੀ ਦਾ ਘਾਣ ਕਰਕੇ ਰੱਖ ਦਿੱਤਾ। ਮੈਂ ਧੰਨਵਾਦੀ ਹਾਂ ਮਾਨ ਬਠਿੰਡੇ ਵਾਲੇ ਵੀਰ ਜੀ ਦੀ ਜਿਹਨੇ ਸੋਸ਼ਲ ਮੀਡੀਆ ਤੇ ਉਸ ਚੀਜ਼ ਨੂੰ ਹਾਈਲਾਈਟ ਕੀਤਾ। ਕਹਿੰਦੇ ਹੁੰਦੇ ਆ ਨਾ ਕਿ ਪਹਿਲੇ ਦਿਨ ਬੱਚਾ ਸਕੂਲ ਛੱਡਣ ਜਾਣਾ ਔਖਾ ਹੁੰਦਾ ਤੇ ਪਹਿਲੇ ਦਿਨ ਉਹਨੂੰ ਕਲਾਸ 'ਚ ਬਹਿਣਾ ਔਖਾ ਲੱਗਦਾ, ਦੂਜੇ ਦਿਨ ਉਹ ਆਪ ਹੀ ਚਲਾ ਜਾਂਦਾ ਤੇ ਪਹਿਲਾ ਇਮਤਿਹਾਨ ਦੇਣਾ ਔਖਾ ਹੁੰਦਾ, ਉਹਦਾ ਡਰ ਹੁੰਦਾ ਪਤਾ ਨਹੀਂ ਸਿਲੇਬਸ ਆਊਟ ਆਫ ਨਾ ਆ ਜੇ ਤੇ ਪਹਿਲਾ ਹੀ ਪਰਚਾ ਔਖਾ ਹੁੰਦਾ ਵੀ ਪਤਾ ਨਹੀਂ ਥਾਣੇ 'ਚ ਕੀ ਹੋਊਗਾ ਤੇ ਉਦੋਂ ਬਾਅਦ ਤਾਂ ਆਮ ਜੀ ਗੱਲ ਹੋ ਜਾਂਦੀ ਮੇਰੇ ਤੇ ਅਸਲਾ ਐਕਟ ਦੇ ਪਰਚੇ ਕੀਤੇ ਆ ਕਿ ਮੈਂ ਨਸ਼ੇ ਖਿਲਾਫ ਬੋਲਦੀ ਆ ਤੇ ਤੁਹਾਡੇ ਸਾਹਮਣੇ ਖੜੀ ਆ। ਤੀਜੇ ਕੁ ਦਿਨ ਕਦੇ ਕਿਸੇ ਜ਼ਿਲ੍ਹੇ 'ਚ ਵਾਰੀ ਆ ਜਾਂਦੀ ਆ ਜੀ ਫਲਾਨਾ SSP ਬੁਲਾਉਂਦਾ ਫਲਾਨੇ DSP ਦੇ ਇਨਕੁਆਰੀ ਆਈ ਆ, ਓਏ 6 ਫੁੱਟ 2 ਇੰਚ ਦਾ ਮੇਰਾ ਭਰ ਜਵਾਨ ਇਤਨਾ ਸਾਲਾਂ ਦਾ ਖਾ ਲਿਆ ਇਹ ਨਸ਼ੇ ਦੇ ਦੈਤ ਨੇ, ਉਹ ਮੇਰਾ 9 ਮਹੀਨਿਆਂ ਦਾ ਪੁੱਤ ਅੱਜ ਉਹਦਾ ਜਨਮ ਦਿਨ ਆ ਤੇ ਮੈਨੂੰ ਕਹਿੰਦਾ ਮਾਂ ਮੈਨੂੰ ਅੱਜ ਤਾਂ ਪਾਪੇ ਦੀ ਫੋਟੋ ਦੇ ਦੇ ਮੈਂ ਉਹਦਾ ਆਸ਼ੀਰਵਾਦ ਲੈ ਕੇ ਤੁਰ ਜਾ, ਕੀ ਉਹ ਪੁੱਤ ਨੂੰ ਮੈਂ ਦੱਸਾਂ ਕਿ ਤੇਰਾ ਪਿਓ ਕਿਹੜੇ ਰਾਹ ਤੁਰਿਆ। ਮੈਂ ਕਿਹਾ ਪੁੱਤ ਆਸ਼ੀਰਵਾਦ ਲੈਣਾ ਬਾਬਾ ਦੀਪ ਸਿੰਘ ਦਾ ਲੈ ਜਿਹਨੇ ਦੁਨੀਆ ਦੇ ਨਾਲ ਟੱਕਰ ਲਈ ਸੀ, ਜਿਹਨੇ ਸੀਸ ਤਲੀ ਤੇ ਧਰ ਕੇ ਜ਼ੁਲਮ ਦਾ ਮੁਕਾਬਲਾ ਕੀਤਾ ਸੀ ਤੇ ਮੈਂ ਭੈਣੋ ਤੇ ਭਰਾਵੋ ਜੁੱਤੀ ਲਾ ਕੇ ਅੱਜ ਮੈਂ ਤੁਹਾਡੇ ਅੱਗੇ ਇੱਕ ਝੋਲੀ ਅੜਦੀ ਆ ਕਿ ਮੈਨੂੰ ਕਿਸੇ ਨੇ ਮਿਹਣਾ ਮਾਰਿਆ ਸੀ। ਕਹਿੰਦੇ ਸੀ ਰਮਨਦੀਪ ਤੂੰ ਕੱਲੀ ਪੰਜਾਬ 'ਚ ਤੁਰੀਆਂ ਤੂੰ ਨਸ਼ਾ ਖਤਮ ਕਰ ਲੇਗੀ ਤੇ ਮੈਂ ਉਸ ਇਨਸਾਨ ਨੂੰ ਕਿਹਾ ਸੀ ਉਸ ਅਹਿਲਕਾਰ ਆਫਿਸਰ ਨੂੰ, ਮੈਂ ਕਿਹਾ ਰਮਨਦੀਪ ਪੈੜਾਂ ਦੇ ਨਿਸ਼ਾਨ ਕਰ ਰਹੀ ਆ, ਡੰਡੀਆਂ ਵੀ ਬੰਨਣਗੀਆਂ ਤੇ ਰਾਹ ਵੀ ਬੰਨ ਗਏ ਸੜਕਾਂ ਵੀ ਹੋਣਗੀਆਂ ਤੇ ਕਾਫਲੇ ਵੀ ਤੁਰਨਗੇ। ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦੀ ਮੈਂ ਧੰਨਵਾਦੀ ਹਾਂ ਤੁਹਾਡੀ ਤੁਸੀਂ ਕਾਫਲੇ ਤੌਰ ਤੇ ਅੱਜ ਮੈਂ ਉਸ ਰੱਬ ਨੂੰ ਕਹਿਣੀ ਮੈਨੂੰ ਛਿਕਵਾ ਨਹੀਂ ਭਲਾ ਮੈਨੂੰ ਅੱਜੇ ਲੈ ਜਾ ਮੇਰਾ ਸੁਪਨਾ ਸਾਕਾਰ ਕਰਤਾ ਮੇਰੇ ਪੰਜਾਬ ਦੇ ਲੋਕ ਜਾਗ ਪਏ ਨੇ ਮੇਰੇ ਪੰਜਾਬ ਦੇ ਲੋਕ ਉੱਠ ਖੜੇ ਨੇ। ਉਹ ਉਸ ਪੰਜਾਬ ਦਾ ਹਾਲ ਕੀ ਹੋਊਗਾ ਜਿੱਥੇ ਧੀਆਂ ਸਾਡੀਆਂ ਨਸ਼ੇ ਦੀ ਦਲ ਦਲ ਦੇ ਵਿੱਚ ਪੈ ਗਈਆਂ ਹੋਣ ਤੇ ਨਾਮ ਜਮਾ ਬੱਚਾ ਵੈਂਟੀਲੇਟਰ ਤੇ ਹੋਵੇ ਤੇ ਜਦੋਂ ਟੈਸਟ ਉਹਦੇ ਆਏ ਹੋਣ ਤਾਂ ਟੈਸਟਾਂ ਦੇ ਵਿੱਚ ਡਰੱਗ ਪਾਈ ਗਈ ਹੋਵੇ, ਤੂੰ ਮੰਦਭਾਗੀ ਗੱਲ ਸਾਡੇ ਲਈ ਕੀ ਹੋਊਗੀ। ਉਹ ਮਾਂ ਜਿਹੜੀ ਆਪਦੇ ਖੂਨ ਚੋਂ ਬੱਚੇ ਨੂੰ ਸਿੰਜਦੀ ਆ ਉਹਦਾ ਪੁੱਤ ਉੱਠ ਕੇ ਆਪਦੀ ਮਾਂ ਨੂੰ ਮਾਰ ਦਿੰਦਾ ਆਪਦੇ ਨਾਲ ਦੇ ਜੰਮੇ ਭਰਾ ਨੂੰ ਮਾਰ ਦਿੰਦਾ। ਕਹਿੰਦੇ ਆਖਰ ਭਾਈ ਭਾਈਆਂ ਦੇ ਕੰਮ ਆਉਂਦੇ, ਸਾਡੇ ਤਾਂ ਖੂਨ ਸਫੈਦ ਕਰਤੇ ਸਾਡੇ ਤਾਂ ਖੂਨ ਚਿੱਟੇ ਕਰਤੇ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੀ ਹਾਂ
ਕਿ ਤੁਸੀਂ ਲੋਕ ਉੱਠੇ ਆ ਪਰ ਇੱਕ ਮਿਹਨਤਾ ਜਿਵੇਂ ਆਮ ਆਦਮੀ ਪਾਰਟੀ ਲੋਕਾਂ ਚ ਆਈ ਸੀ ਨਾ ਅਸੀਂ ਆਮ ਲੋਕਾਂ ਲਈ ਆਏ ਆ ਤੇ ਬਾਅਦ ਚ ਭਰਾਵੋ ਖਾਸ ਬਣ ਗਏ ਕਿਤੇ ਉਹ ਗੱਲ ਨਾ ਕਰ ਜਿਆ ਜੀ ਮੇਰੇ ਵਰਗੀਆਂ ਵਿਧਵਾ ਪਤਾ ਨਹੀਂ ਕਿੰਨੀਆਂ ਕਰਾਉਂਦੀਆਂ ਫਿਰਦੀਆਂ ਤੇ ਜਦੋਂ ਘਰਾਂ ਤੋਂ ਨਿਕਲੀਦਾ ਨਾ ਤੇ ਲੋਕ ਉਦੋਂ ਜਿਹੜੇ ਨਸ਼ਾ ਤਸਕਰ ਆ ਉਹ ਪਤਾ ਜਿਵੇਂ ਕਹਿੰਦੇ ਨਾ ਕਰੈਕਟਰ ਤੇ ਸਵਾਲ ਚੱਕਣੇ ਮੇਰੇ ਤਾਂ ਜਦੋਂ ਇਹਨਾਂ ਤੇ ਕੋਈ ਮਾਰ ਨਹੀਂ ਨਾ ਪਈ ਤੇ ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੇਖੀ ਹੋਣੀ ਜਿਹ ਚ ਮੈਂ ਕਿਹਾ ਸੀ ਮੈਂ ਸੁਸਾਈਡ ਕਰਦੀ ਆ ਅਣਪਛਾਤਾ ਬੰਦਾ 6 ਸਾਲ ਤੋਂ ਮੇਰੇ ਮਗਰ ਲਾਇਆ ਸੀ ਜਦੋਂ ਸੁਸਾਈਡ ਦੀ ਗੱਲ ਆਈ ਤਾਂ ਉਹ ਬੰਦਾ 24 ਘੰਟਿਆਂ ਚ ਇਹਨਾਂ ਨੇ ਅਰੈਸਟ ਕੀਤਾ ਉਹ ਭਰਾਵੋ ਉੱਠ ਖੜੋ ਕਈਆਂ ਪੈਣਾ ਦੇ ਵੀਰ ਹੋ ਕਈਆਂ ਤੇ ਭਾਗਣਾ ਦੇ ਸੁਭਾਗ ਹੋ ਤੁਸੀਂ ਉਹ ਕਈਆਂ ਮਾਵਾਂ ਦੇ ਪੁੱਤ ਹੋ ਜੇ ਅੱਜ ਨਾ ਉੱਠੇ ਵੀਰ ਮੇਰੇ ਹੋ ਕਦੇ ਨਹੀਂ ਉੱਠੋਗੇ ਮੈਂ ਕਰਤਾਰ ਸਿੰਘ ਨੂੰ ਇੱਕ ਗੱਲ ਕਹਿ ਕੇ ਆਈ ਸੀ ਅੱਜ ਤੋਂ 2 ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਸੈਮੀਨਾਰ ਸੀ ਮੈਂ ਕਿਹਾ ਕਿਤੇ ਮੇਰੇ ਬੈਠੀ ਤੋਂ ਸਪੀਕਰ ਸਾਹਿਬ ਇਹ ਗੱਲ ਨਾ ਬੋਲਦੇ ਹੋ ਕਿ ਪੰਜਾਬ ਦੇ ਵਿੱਚ 6ਵਾਂ ਦਰਿਆ ਨਸ਼ਿਆਂ ਦਾ ਮੈਂ ਕਿਹਾ ਇਹ ਦਰਿਆ ਦਰਿਊ ਨਹੀਂ ਰਹਿ ਗਿਆ ਇਹ ਤਾਂ ਬਹੁਤ ਵੱਡੇ ਸਮੁੰਦਰ ਨੇ ਤੇ ਬਹੁਤ ਵੱਡੇ ਲੀਡਰ ਵੀ ਤੇ ਨਸ਼ਾ ਤਸਕਰ ਵੀ ਇਹਦੇ ਵਿੱਚ ਬਹੁਤ ਵੱਡੇ ਅਸਗਰ ਬੈਠੇ ਨੇ ਜਿਨੇ ਮੇਰੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਸੋ ਮੈਂ ਇੱਥੇ ਸਾਰੀ ਟੀਮ ਨੂੰ ਇੱਕ ਵਿਸ਼ਵਾਸ ਦਿਵਾਉਣੀ ਆ ਭਰਾਵੋ ਜਦੋਂ ਵੀ ਤੁਹਾਨੂੰ ਲੋੜ ਆ ਕਿਤੇ ਵੀ ਲੋੜ ਆ ਭੈਣਾਂ ਦੀ ਤੁਹਾਡੀ ਇਹ ਭੈਣ ਅੱਗੇ ਲੱਗ ਕੇ ਤੁਹਾਡੇ ਨਾਲ ਤੁਰੂਗੀ ਜੇ ਮਰਨਾ ਪਿਆ ਤਾਂ ਮਰੂੰਗੀ ਵੀ ਪੰਜਾਬ ਲਈ ਤੇ ਆ ਜਾਓ ਇਕਜੁੱਟ ਹੋ ਜਾਓ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਮੈਂ ਇੱਕ ਨਾਰਾ ਲਾਉਂਗੀ ਬੁਲੰਦ ਆਵਾਜ਼ 'ਚ ਉਹਦਾ ਤੁਸੀਂ ਜਵਾਬ ਦੇਣਾ ਜਕਾਰਾ ਛੱਡੂੰਗੀ ਬੋਲੇ ਸੋਨੀਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ